ਲੋ ਸੱਜਣੋ ਤੇ ਮਿੱਤਰੋ, ਫੈਸਲਾਬਾਦ ਇਕਬਾਲ ਸਟੇਡੀਅਮ ਦੇ ਵਿੱਚ ਕ੍ਰਿਕਟ ਦਾ ਮੇਲਾ ਲੱਗਾ ਹੈ ਤੇ ਪੂਰਾ ਫੈਸਲਾਬਾਦ ਕ੍ਰਿਕਟ ਦੇ ਵਿੱਚ ਗਰਾਊਂਡ ਦੇ ਵਿੱਚ ਜਨਾਬ ਪਹੁੰਚ ਜਾਂਦਾ ਹੈ ਤੇ ਅੱਜ ਦਾ ਜਿਹੜਾ ਮੈਚ ਹੈ ਜਨਾਬ ਸਭ ਦੇ ਦਿਲਾਂ ਦਾ ਜਿਹੜਾ ਰਾਜਾ ਹੈ ਜਨਾਬ ਬਾਬਰ ਆਜ਼ਮ, ਅੱਜ ਉਹਦਾ ਮੈਚ ਹੈ ਤੇ ਨਾਲ ਸ਼ਦਾਬ ਦੀ ਟੀਮ। ਅੱਛਾ ਜੀ, ਟੀਮ ਦੀ ਗੱਲ ਕੀਤੀ ਜਾਵੇ, ਟੀਮ ਦੇ ਵਿੱਚ ਕਿਹੜਾ ਕਿਹੜਾ ਪਲੇਅਰ ਹੋਏਗਾ, ਕਿਹੜਾ ਛੱਕੇ ਚੌਕੇ ਮਾਰੇਗਾ, ਔਰ ਦੂਜੀ ਗੱਲ ਟਿਕਟ ਲੈ ਕੇ ਤੁਸੀਂ ਜਨਾਬ ਸਟੇਡੀਅਮ ਦੇ ਵਿੱਚ ਜਾਣਾ ਫ੍ਰੀ ਬਿਲਕੁਲ ਖਤਮ ਹੋ ਗਿਆ ਹੈ, ਔਰ ਨਾਲੇ ਟਿਕਟ ਵੀ ਅਸਲ ਲੈ ਕੇ ਜਾਣਾ, ਕਿਉਂਕਿ ਕੱਲ ਜਿਹੜਾ ਵਾਕਿਆ ਹੋਇਆ ਕੁਝ ਲੋਕਾਂ ਨੇ ਜਿਹੜੇ ਕਿ ਉੱਥੇ ਦੇ ਰਹਾਇਸ਼ੀ ਲੋਕ ਆ ਉਹਨਾਂ ਨੇ ਟਿਕਟਾਂ ਲੈ ਕੇ ਕੋਈ ਫੋਟੋ ਕਾਪੀਆਂ ਕਰਾ ਕੇ ਲੋਕਾਂ ਨੂੰ ਬਲੈਕ ਦੇ ਵਿੱਚ ਵੇਚੀਆਂ, ਕਿਸੇ ਨੂੰ 500 ਦੀ, ਕਿਸੇ ਨੂੰ 100 ਦੀ, ਕਿਸੇ ਨੂੰ 200 ਦੀ, ਕਿਸੇ ਨੂੰ 600 ਦੀ। ਤੇ ਮੇਰਾ ਵੀਰ, ਤੁਸੀਂ ਇਸ ਤਰ੍ਹਾਂ ਦੀ ਟਿਕਟਾਂ ਬਿਲਕੁਲ ਵੀ ਨਹੀਂ ਲੈਣੀਆਂ, TCS ਆਫਿਸ ਦੇ ਵਿੱਚੋਂ ਲੈਣੀਆਂ ਵਾ ਤੇ ਲੈਣੀਆਂ ਵੀ ਓਰੀਜਨਲ ਟਿਕਟਾਂ ਵਾ। ਤੇ ਜਨਾਬ ਅੱਜ ਦੀ ਗੱਲ ਕੀਤੀ ਜਾਵੇ, ਅੱਜ ਮੁਕਾਬਲਾ ਹੋਏਗਾ ਜਨਾਬ ਸਟਾਲੀਅਨ ਵਰਸਿਸ ਪੈਂਥਰ। ਸਟਾਲੀਅਨ ਦਾ ਕੈਪਟਨ ਹੋਏਗਾ ਮੁਹੰਮਦ ਹਾਰਸ ਤੇ ਨਾਲ ਹੋਏਗਾ ਸ਼ਦਾਬ ਖਾਨ। ਤੇ ਜਨਾਬ ਸ਼ਦਾਬ ਖਾਨ ਦੀ ਗੱਲ ਕੀਤੀ ਜਾਵੇ, ਇਹਦੀ ਟੀਮ ਦੇ ਵਿੱਚ ਕਿਹੜਾ ਕਿਹੜਾ ਪਲੇਅਰ ਹੋਏਗਾ, ਸਭ ਤੋਂ ਪਹਿਲੇ ਸ਼ਦਾਬ ਖਾਨ ਕੈਪਟਨ, ਫਿਰ ਅਬਦੁਲ ਵਾਹਦ ਬੰਗਾਲੀ, ਅਹਿਮਦ ਬਸ਼ੀਰ, ਅਲੀ ਅਸਵਨ, ਅਲੀ ਰਜ਼ਾ, ਅਮਾਦ ਬੱਟ, ਅਰਫਾਤ ਮਨਹਾਸ, ਅਜ਼ਾਨ ਅਵੈਸ, ਹੈਦਰ ਅਲੀ, ਮੁਹੰਮਦ ਹਸਨੈਨ, ਮੁਹੰਮਦ ਉਮਰ, ਮੁਹੰਮਦ ਜ਼ੀਸ਼ਾਨ, ਮੁਬੱਸਰ ਖਾਨ, ਰਿਹਾਨ ਅਫਰੀਦੀ, ਰਜ਼ਵਾਨ ਮਹਿਮੂਦ, ਸਾਇਮ ਅਯੂਬ, ਉਮਰ ਸਦੀਕ, ਉਸਾਮਾ ਮੀਰ, ਉਸਮਾਨ ਖਾਨ, ਉਸਮਾਨ ਸਲਾਹਉਦੀਨ। ਇਹ ਜਨਾਬ ਸ਼ਦਾਬ ਖਾਨ ਦੀ ਟੀਮ। ਤੇ ਹੁਣ ਗੱਲ ਕੀਤੀ ਜਾਵੇ ਮੁਹੰਮਦ ਹਾਰਸ ਦੀ ਟੀਮ ਦੇ ਵਿੱਚ ਕਿਹੜਾ ਕਿਹੜਾ ਪਲੇਅਰ ਹੈ ਜਿਹਨੇ ਛੱਕੇ ਚੌਕੇ ਮਾਰਨੇ ਨੇ ਤੇ ਫੈਸਲਾਬਾਦੀਆਂ ਦੇ ਦਿਲ ਜਿੱਤਣੇ ਨੇ। ਜਨਾਬ ਸਭ ਤੋਂ ਪਹਿਲਾਂ ਜਿਹੜਾ ਪਲੇਅਰ ਹੈ ਮੁਹੰਮਦ ਹਾਰਸ, ਨਾਲ ਇਬਰਾਰ ਅਹਿਮਦ, ਆਦਲ ਅਮੀਨ, ਆਜ਼ਮ ਖਾਨ ਤੇ ਨਾਲੇ ਬਾਬਰ ਆਜ਼ਮ। ਹਾਰਸ ਰਊਫ, ਹਸੈਨ ਤਲਤ, ਜਾਨਦਾਰ ਖਾਨ, ਜੁਨੇਦ ਅਲੀ, ਮਾਜ਼ ਸਦਾਕਤ, ਮਹਿਰਾਨ ਮੁਮਤਾਜ਼, ਮੁਹੰਮਦ ਅਲੀ, ਮੁਹੰਮਦ ਆਮਰ ਖਾਨ, ਸਾਦ ਖਾਨ, ਸ਼ੁਮਾਇਲ ਹਸੈਨ, ਸ਼ਾਨ ਮਸੂਦ, ਤੈਯਬ ਤਾਹਰ, ਅਬੈਦ ਸਾਹ, ਯਾਸ਼ਰ ਸਾਹ, ਜ਼ਮਾਨ ਖਾਨ। ਇਹ ਜਨਾਬ ਹਾਰਸ ਰਊਫ ਦੀ ਟੀਮ। ਤੇ ਜਨਾਬ ਅੱਜ ਜਿਹੜਾ ਮੁਕਾਬਲਾ ਹੋਣਾ ਨਾ, ਬੜਾ ਤਗੜਾ ਮੁਕਾਬਲਾ ਹੋਣਾ। ਤੁਹਾਨੂੰ ਪਤਾ ਬਾਬਰ ਆਜ਼ਮ ਪਿਛਲੇ ਮੈਚ ਵੀ ਛੱਕੇ ਚੌਕੇ ਲਾ ਕੇ ਫੈਸਲਾਬਾਦੀਆਂ ਨੇ ਦਿਲ ਜਿੱਤ ਲਈ ਸੀ, ਤੇ ਅੱਜ ਵੀ। ਤੇ ਮੇਰਾ ਵੀ ਟਿਕਟ ਫਟਾਫਟ ਲੈਣੀ ਹੈ, ਆਨਲਾਈਨ ਬੁੱਕ ਕਰਵਾਉਣੀ ਹੈ ਤੇ ਜਾਂ ਫਿਰ ਉੱਥੋਂ TCS ਦੇ ਆਫਿਸ ਦੇ ਵਿੱਚੋਂ ਜਾ ਕੇ ਲੈਣੀ ਹੈ, ਕਿਉਂਕਿ TCS ਦਾ ਆਫਿਸ ਹੈਗਾ ਵਾ ਜਾਮੇ ਚਿਸ਼ਤੀਆ ਚੌਂਕ, ਤੇ ਜਾਂ ਫਿਰ ਕਮਿਸ਼ਨਰ ਆਫਿਸ ਦੇ ਸਾਹਮਣੇ ਉਹਨਾਂ ਦਾ ਕੰਟੇਨਰ ਪਿਆ ਜਿੱਥੋਂ ਤੁਸੀਂ ਟਿਕਟ ਲੈ ਸਕਦੇ ਸੀ। ਤੇ ਛੇਤੀ ਛੇਤੀ ਟਿਕਟ ਲਓ, ਸਟੇਡੀਅਮ ਪਹੁੰਚੋ, ਕਿਉਂਕਿ ਰਸ਼ ਪੈ ਜਾਂਦਾ, ਫਿਰ ਲੈਣਾ ਲੱਗ ਜਾਣਗੇ, ਫਿਰ ਤੁਸੀਂ ਸਟੇਡੀਅਮ ਨਹੀਂ ਵੜ ਸਕਦੇ। ਇਸ ਵਾਸਤੇ ਮੈਂ ਵੀ ਸਟੇਡੀਅਮ ਪਹੁੰਚਣ ਲੱਗਾ ਤੇ ਤੁਸੀਂ ਵੀ ਆ ਜਾਓ।